ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਬੀਐਡ ਐਂਟਰੈਂਸ ਟੈਸਟ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ। ਉਸ ਤਰ੍ਹਾਂ ਕੁਐਸਚਨ ਆਉਂਦੇ ਨੇ ਕਿ ਸਰ ਅਸੀਂ ਕੀ ਕਰੀਏ, ਕਿਹੜੀ ਬੁੱਕ ਖਰੀਦੀਏ ਜਾਂ ਕਿਸ ਤਰ੍ਹਾਂ ਤਿਆਰੀ ਕਰੀਏ। ਦੇਖੋ, ਇਸ ਲਈ ਤੁਹਾਨੂੰ ਆਪਣਾ ਆਪ ਨੂੰ ਜਾਣਨਾ ਜ਼ਰੂਰੀ ਹੈ। 2-3-4 ਕੈਟੇਗਰੀ ਕੀਤੀ ਜਾ ਸਕਦੀ ਹੈ। ਇੱਕ ਤਾਂ ਜਿਹੜੇ ਵਿਦਿਆਰਥੀ ਗੈਪ ਵਿੱਚ ਹਨ, 2-3-4-5 ਸਾਲ ਉਹ ਸਟੱਡੀ ਤੋਂ ਵਿਛੜੇ ਹੋਏ ਸਨ, ਇਟ ਮੀਨਸ ਉਹਨਾਂ ਨੂੰ ਇਹ ਕੋਰਸ ਸਹਾਰਾ ਪੱਕਾ ਦੇਣਗੇ। ਦੂਸਰੇ, ਉਹ ਜਿਹੜੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ ਨਹੀਂ ਜਾ ਰਹੇ ਲੇਕਿਨ ਸਟੱਡੀ ਨਾਲ ਬੇਸ਼ੱਕ ਜੁੜੇ ਹੋਏ ਨੇ, ਉਹਨਾਂ ਲਈ ਵੀ ਇਹ ਲਾਹੇਵੰਦ ਸਾਬਿਤ ਹੋਣਗੇ। ਹੁਣ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਤੀਜੀ ਕੈਟਾਗਰੀ ਜਿਹੜੀ ਹੈ ਕਿ ਉਹ ਵੀ ਅੱਛਾ ਅਚੀਵ ਕਰ ਰਹੀ ਹੈ ਕਿ ਨਹੀਂ? ਇਸ ਲਈ ਤੁਹਾਨੂੰ ਇਹ ਪਤਾ ਲੱਗ ਜੇ, ਸੈਲਫ ਐਨਾਲਿਸਿਸ ਹੋ ਸਕੇ, ਇਵੈਲੂਏਸ਼ਨ ਹੋ ਸਕੇ ਕਿ ਅਸੀਂ ਕਿੰਨੇ ਪਾਣੀ ਵਿੱਚ ਹਾਂ। ਬੀਐਡ ਐਂਟਰ ਟੈਸਟ ਵਿੱਚ ਜਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਣੇ ਹਨ ਉਹਨਾਂ 'ਚੋਂ ਅਸੀਂ ਕਿੰਨਾ ਕੁ ਅਚੀਵ ਕਰ ਸਕਦੇ ਹਾਂ। ਉਸ ਲਈ ਅਸੀਂ ਫ੍ਰੀ ਜਿਹੜੇ ਨੇ ਰੈਗੂਲਰ ਲਾਈਵ ਟੈਸਟ ਲੈ ਰਹੇ ਹਾਂ 5 ਤਰੀਕ ਤੋਂ, ਜਿਸ ਵਿੱਚ ਤੁਸੀਂ ਇੱਕ ਦਿੱਤੇ ਹੋਏ ਟਾਈਮ 'ਤੇ ਐਨਰੋਲ ਹੋਣਾ ਹੈ ਔਰ ਤੁਸੀਂ ਟੈਸਟ ਦੇਣਾ ਹੈ। ਉਸ ਤੋਂ 1 ਮਿੰਟ ਬਾਅਦ ਤੁਹਾਨੂੰ ਸਾਰੀ ਫੀਡਬੈਕ ਮਿਲ ਜਾਣੀ ਹੈ। ਫੀਡਬੈਕ 'ਚ ਵਿੱਚ ਤੁਹਾਨੂੰ ਜਿੰਨੇ ਬੱਚੇ ਐਨਰੋਲ ਹੋਣਗੇ ਉਹਨਾਂ ਵਿੱਚ ਤੁਹਾਡਾ ਰੈਂਕ ਪਤਾ ਲੱਗੇਗਾ, ਤੁਹਾਨੂੰ ਏਰੀਆ ਜਿਹੜੇ ਸਭ ਤੋਂ ਜ਼ਿਆਦਾ ਗਲਤ ਆਂਸਰ ਹੋਏ ਆ ਉਹ ਪਤਾ ਲੱਗੇਗਾ, ਰਾਈਟ ਆਂਸਰ ਕਿਹੜੇ ਹੋਏ ਆ ਉਹ ਪਤਾ ਲੱਗੇਗਾ, ਤੁਹਾਨੂੰ ਤੁਹਾਡੀ ਸਪੀਡ ਦਾ ਪਤਾ ਲੱਗੇਗਾ ਕਿ ਕੀ ਤੁਸੀਂ ਉਨੇ ਟਾਈਮ ਵਿੱਚ ਟੈਸਟ ਨੂੰ ਕੰਪਲੀਟ ਕਰ ਲੈਂਦੇ ਹੋ, ਔਰ ਤੁਹਾਨੂੰ ਬਾਕੀ ਕੰਟੈਂਟ ਦੀਆਂ ਵੀਕਨੈਸ ਵੀ ਪਤਾ ਲੱਗਣਗੀਆਂ। ਸੋ ਇਸ ਟੈਸਟ ਨਾਲ ਰੈਗੂਲਰ, ਕਿਉਂਕਿ ਇਹ ਫ੍ਰੀ ਹੈ, ਤੁਸੀਂ ਸ਼ੇਅਰ ਕਰ ਸਕਦੇ ਹੋ। ਮੈਕਸੀਮਮ ਸਟੂਡੈਂਟ ਕੈਂਡੀਡੇਟ ਜਿਹੜੇ ਇੱਛਾ ਰੱਖਦੇ ਨੇ ਕਿ ਬੀਐਡ ਐਂਟਰ ਟੈਸਟ ਦੀ ਤਿਆਰੀ ਕਰਨੀ ਹੈ, ਉਹ ਇਹਦੇ ਜ਼ਰੀਏ ਕਰ ਸਕਦੇ ਨੇ, ਤਿਆਰੀ ਦੀ ਸ਼ੁਰੂਆਤ ਕਰ ਸਕਦੇ ਨੇ, ਕੋਰਸ ਜੇ ਚਾਹੋ ਉਹ ਲੈ ਸਕਦੇ ਨੇ। ਲਾਈਵ ਟੈਸਟ ਵਿੱਚ ਜੁਆਇਨ ਕਰਨ ਲਈ ਮੈਂ ਦੱਸਣਾ ਚਾਹੂੰਗਾ ਕਿ ਸਾਡਾ ਇੱਕ ਵਟਸਐਪ ਗਰੁੱਪ ਆਪਾਂ ਬਣਾ ਦਿੱਤਾ ਜੀ। ਇਸ ਵਟਸਐਪ ਗਰੁੱਪ ਨੂੰ ਤੁਸੀਂ ਸਕੈਨ ਕਰਨਾ ਅਤੇ ਸਕੈਨ ਕਰਕੇ ਸਾਡੇ ਵਟਸਐਪ ਗਰੁੱਪ ਨੂੰ ਜੁਆਇਨ ਕਰਨਾ, ਅਤੇ ਉਸ ਵਟਸਐਪ ਗਰੁੱਪ ਦੇ ਵਿੱਚ ਆਪਾਂ ਸਾਰੀ ਇਨਫੋਰਮੇਸ਼ਨ, ਜੋ ਵੀ ਲਿੰਕਸ ਨੇ ਲਾਈਵ ਟੈਸਟ ਨੇ, ਠੀਕ ਹੈ, ਜਿੰਨੀ ਵੀ ਇਨਫੋਰਮੇਸ਼ਨ ਆ ਉਹ ਸਾਰੀ ਆਪਾਂ ਵਟਸਐਪ ਗਰੁੱਪ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ ਜਲਦੀ ਤੋਂ ਜਲਦੀ ਇਸ ਵਟਸਐਪ ਗਰੁੱਪ ਨੂੰ ਸਕੈਨ ਕਰੋ ਅਤੇ ਸਾਡੇ ਇਸ ਗਰੁੱਪ ਨੂੰ ਜੁਆਇਨ ਕਰੋ ਅਤੇ ਲਾਹਾ ਲਹੋ ਅਤੇ ਐਂਟਰੈਂਸ ਬੀਐਡ ਐਂਟਰੈਂਸ ਟੈਸਟ ਦੀ ਆਪਣੀ ਤਿਆਰੀ ਨੂੰ ਹੋਰ ਸਫਲ ਬਣਾਓ। ਇਸ ਗਰੁੱਪ ਵਿੱਚ ਸ਼ਾਮਿਲ ਹੋਣ ਦੇ ਹੋਰ ਫਾਇਦੇ ਭਵਿੱਖ ਵਿੱਚ ਹੋ ਸਕਦੇ ਨੇ, ਕਿਉਂਕਿ ਬੀਐਡ ਵਿੱਚ ਜਾਂ ਐਲੀਜੀਬਿਲਿਟੀ 'ਚ ਜਾਂ ਐਡਮਿਸ਼ਨ ਲੈਂਦੇ ਸਮੇਂ ਜਾਂ ਪਹਿਲੇ ਸਮੈਸਟਰ ਵਿੱਚ ਜਾਂ ਪੀਐਸ ਟੈਟ ਜਾਂ ਸੀ ਟੈਟ ਵਿੱਚ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਅਤੇ ਕਿਸੇ ਵੇਲੇ ਮੈਂ ਵੀਡੀਓ ਨਹੀਂ ਬਣਾ ਸਕਦਾ, ਇਮੀਡੀਏਟ ਮੈਸੇਜ ਦੇਣਾ ਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰ ਲਓ ਜਾਂ ਇਸ ਦਾ ਹੱਲ ਇਸ ਤਰ੍ਹਾਂ ਹੈ, ਤਾਂ ਹੋ ਸਕਦਾ ਹੈ ਭਵਿੱਖ ਵਿੱਚ ਇਹ ਗਰੁੱਪ ਜਿਹੜਾ ਹੈ ਇਸ ਤਰ੍ਹਾਂ ਯੂਜ਼ ਕੀਤਾ ਜਾ ਸਕੇ, ਇਮੀਡੀਏਟ ਤੁਸੀਂ ਤੁਹਾਡੀ ਪ੍ਰੋਬਲਮ ਦਾ ਹੱਲ ਪਾ ਸਕੋ। ਸੋ ਜੁੜ ਸਕਦੇ ਹੋ, ਵੱਧ ਤੋਂ ਵੱਧ ਬੀਐਡ ਵਾਲਿਆਂ ਨੂੰ ਇਸ ਨਾਲ ਜੋੜ ਸਕਦੇ ਹੋ, ਈਵਨ ਡੀਐਲਐਡ ETT ਜਿਨ੍ਹਾਂ ਨੇ ਕਰਨੀ ਆ ਉਹ ਜੁੜ ਸਕਦੇ ਨੇ। ਇਸ ਤੋਂ ਇਲਾਵਾ ਚੰਡੀਗੜ੍ਹ ਵਾਲੇ ਜਿਹੜੇ ਨੇ ਕੈਂਡੀਡੇਟ ਉੱਥੇ ਕਰਨਾ ਚਾਹੁੰਦੇ ਨੇ ਉਹ ਵੀ ਇਸ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਨੇ। ਥੈਂਕ ਯੂ ਡਾਕਟਰ ਤੀਰਥ ਸਿੰਘ, ਪ੍ਰੋਫੈਸਰ ਸਿਮਰਨਜੀਤ ਸਿੰਘ।